ਇਹ ਸਵਰਾਜ ਜੀ ਕਿਹੜਾ ਮਾਡਲ ਹੈ? 1988 ਮਾਡਲ ਹੈ ਜੀ ਇਹ। 1988 ਜੀ। 1988 ਮਾਡਲ ਹੈ ਜੀ। ਹਾਂਜੀ। ਅੱਛਾ ਜੀ, ਓਰੀਜਨਲ ਟਰੈਕਟਰ ਸਾਰਾ ਇਹ? ਹਾਂਜੀ। ਕੋਈ ਮੰਨ ਲਓ ਉਹ ਨਹੀਂ ਹੋਇਆ ਹੈਗਾ? ਨਹੀਂ ਜੀ। ਹਾਂ ਦੇਖ ਲਓ ਜੀ, ਸਵਰਾਜ 1988 ਮਾਡਲ ਹੈ ਜੀ ਇਹਦੀ। 1,30,000 ਰੁਪਈਆ ਡਿਮਾਂਡ ਹੈ ਜੀ ਟਰੈਕਟਰ ਦੀ। ਠੀਕ ਹੈ ਜੀ। ਆਹ ਟਰੈਕਟਰ ਤੁਸੀਂ ਦੇਖ ਲਓ, ਮੂਲ ਟਾਇਰ ਨਵੇਂ ਹੈ ਜੀ, ਮਗਲੇ ਟਾਇਰ ਤੁਸੀਂ ਦੇਖ ਸਕਦੇ ਹੋ। ਠੀਕ ਹੈ। ਟਰੈਕਟਰ ਦੇਖਣ 'ਚ ਸਾਫ਼ ਹੈ ਜੀ, ਮੰਨ ਲਓ ਵੀ ਜਿਵੇਂ ਇੰਨਾ ਪੁਰਾਣਾ ਟਰੈਕਟਰ ਹੈ ਉਸ ਹਿਸਾਬ ਨਾਲ ਸਾਫ਼ ਟਰੈਕਟਰ ਹੈ, ਅਤੇ ਰੇਟ ਵੀ ਉਸ ਹਿਸਾਬ ਨਾਲ ਹੀ ਦਿੱਤਾ ਗਿਆ ਹੈਗਾ। ਇੱਧਰੋਂ ਵੀ ਤੁਹਾਨੂੰ ਦਿਖਾ ਦਿੰਦਾ ਜੀ ਟਰੈਕਟਰ ਨੂੰ, ਇਹ ਦੇਖ ਲਓ ਜੀ। ਅਤੇ ਆਹ ਸੋਨਾ ਲੀਕ ਹੈ ਜੀ, ਇਹ ਹੈਗਾ 2017 ਮਾਡਲ ਹੈ ਜੀ। 2017 ਮਾਡਲ? ਹਾਂਜੀ। ਇਹਦੀ 2,80,000 ਡਿਮਾਂਡ ਹੈ ਜੀ। 2,80,000। ਅਤੇ ਇਹਦਾ ਨੰਬਰ ਜੀ ਪੀਵੀ ਨੰਬਰ? ਪੀਵੀ ਨੰਬਰ ਹੈ। ਇਹ ਹੈ ਜੀ ਜਿਹੜਾ ਬਾਗ ਬੂਗ ਖਾਤਰ ਜਾਂ ਸਬਜ਼ੀਆਂ 'ਤੇ ਯੂਜ਼ ਕਰਦੇ ਆ ਟਰੈਕਟਰ ਜੀ, ਜਾਂ 7 ਫੁੱਟ ਵਧੀਆ ਚਲਾਉਂਦਾ ਜੀ। ਕਹਿੰਦੇ ਆ ਵੀ 7 ਫੁੱਟ ਰੋਟਾਵੇਟਰ ਬਹੁਤ ਈਜ਼ੀ ਚਲਾਉਂਦਾ ਇਹ। ਅਤੇ ਆਹ ਟਰੈਕਟਰ ਤੁਸੀਂ ਦੇਖੋ ਜੀ, ਸੋਨਾ ਲੀਕਾ ਦਾ ਆਹ ਗੇਅਰ ਵਗੈਰਾ, ਠੀਕ ਹੈ ਜੀ। ਆਹ ਲਿਫਟ ਵਗੈਰਾ, BKT ਦੇ ਟਾਇਰ ਪਾਏ ਹੋਏ ਆ ਜੀ ਇਹਦੇ। ਬਾਕੀ ਇਹਨਾਂ ਦਾ ਨੰਬਰ ਮੈਂ ਦੇਊਂਗਾ ਬਾਈ ਦਾ, ਤੁਸੀਂ ਇਹਨਾਂ ਨੂੰ ਕਾਲ ਕਰਿਓ ਜੀ, ਪੁੱਛ ਲਿਓ। ਠੀਕ ਹੈ। ਅਤੇ ਆਹ 69 ਖੜਾ ਹੈ ਜੀ ਇੱਕ। ਇਹ ਕਿਹੜਾ ਮਾਡਲ ਹੈ ਜੀ? ਇਹ 1999 ਮਾਡਲ ਹੈ ਜੀ। 1,75 ਇਹਦੀ ਡਿਮਾਂਡ? 1,75 ਹੈ। PV15 ਇਹ ਹਵੋਰ ਦਾ ਨੰਬਰ ਹੈ ਜੀ। ਹਵੋਰ ਦਾ ਨੰਬਰ ਹੈ ਜੀ PV15 99 ਮਾਡਲ ਟਰੈਕਟਰ ਹੈ ਜੀ। 1,75,000 ਰੁਪਈਆ ਮੰਗਦੇ ਹੈ। ਬਾਕੀ ਔਨ ਟੇਬਲ ਹੋ ਸਕਦਾ ਜੀ, ਕੁਛ ਉੱਪਰ ਨੀਚੇ ਪ੍ਰਾਈਜ਼ ਤੁਹਾਨੂੰ ਪਤਾ ਥੋੜ੍ਹੇ ਬਹੁਤੇ ਹੋ ਜਾਂਦੇ ਆ। ਬਾਕੀ ਜਿਹੜੇ ਸਾਡੀ ਵੀਡੀਓ ਦੇਖ ਕੇ ਆਉਣਗੇ ਉਹਨਾਂ ਲਈ ਕੀ ਡਿਸਕਾਊਂਟ ਕਰੋਗੇ? ਉਹਨਾਂ ਨੂੰ ਐਕਸਟਰਾ ਦੇ ਦਿਆਂਗੇ 2,000 ਹੋਰ। ਆਪਣੇ ਲਈ ਜੀ ਇਹਨਾਂ ਨੇ 2,000 ਕਹਿਤਾ, ਮੈਂ 5,000 ਕਹਿਤਾ ਜੀ ਬਸ। ਠੀਕ ਹੈ। ਮੇਰੀ ਵੀਡੀਓ ਦੇਖ ਕੇ ਜੋ ਵੀ ਬੰਦਾ ਆਊਗਾ, ਤੁਹਾਡੀ ਜੋ ਵੀ ਡੀਲ ਹੋਈ ਉਦੋਂ ਬਾਅਦ 'ਚ ਮੇਰੇ ਨਾਲ ਗੱਲ ਕਰਾ ਦਿਓ ਤੁਸੀਂ ਇਹਨਾਂ ਦੀ। ਠੀਕ ਹੈ। ਤੁਹਾਨੂੰ ਡਿਸਕਾਊਂਟ ਮੈਂ ਦਵਾ ਦੂੰਗਾ ਜਿੰਨਾ ਵੀ ਹੋ ਸਕਿਆ। ਇਹ 1991 ਮਾਡਲ ਹੈ। ਇਹ 91 ਮਾਡਲ ਹੈ ਜੀ। ਆਹ ਦੇਖੋ 1,40,000 ਰੁਪਈਆ ਇਹਦਾ ਰੇਟ ਹੈ। 2,000 ਆਪਣੇ 3 ਮਾਡਲ ਦਾ 475 ਦਾ ਇੰਜਨ ਰੱਖਿਆ ਹੋਇਆ ਡੀ ਆਈ ਦੇ। ਅੱਛਾ, ਇਹ ਐਂਟਰ ਸੀ ਪਹਿਲਾਂ? ਐਂਟਰ ਸੀਗਾ। ਹਾਂਜੀ ਠੀਕ ਹੈ। 2,003 ਮਾਡਲ ਦਾ ਇੰਜਨ ਹੁਣ ਜੀ। 2,003 ਮਾਡਲ ਡੀ ਆਈ ਦਾ ਇੰਜਨ ਰੱਖਿਆ ਹੋਇਆ ਹੈਗਾ? ਇੰਜਨ ਰੱਖਿਆ ਹੋਇਆ। ਠੀਕ ਹੈ। ਓਕੇ। ਇਹ ਦੇਖ ਲਓ ਜੀ ਇਹ ਟਰੈਕਟਰ ਹੈ। ਅਤੇ ਆਹ ਫਾਰਮ 60 ਜੀ, ਇਹਦੇ ਬਹੁਤ ਲੋਕ ਸ਼ੌਕੀਨ ਹੈ ਜੀ। ਇਹ 97 ਮਾਡਲ ਹੈ ਜੀ। 2,25,000 ਰੁਪਈਆ ਡਿਮਾਂਡ ਹੈ ਜੀ ਇਹਦੀ। ਅਤੇ PV15 ਨੰਬਰ ਹੈ ਇਹਦਾ ਟਰੈਕਟਰ। ਓਰੀਜਨਲ ਟਰੈਕਟਰ ਹੈ ਜੀ ਸਾਰਾ। ਇਹ ਦੇਖ ਲਓ ਜੀ। ਇਹ ਸਾਰਾ ਟਰੈਕਟਰ ਜੀ ਸਾਫ਼ ਹੈ, ਨਵੇਂ ਟਾਇਰ ਹੈ ਜੀ। ਆਹ 3630 ਹੈ ਜੀ ਪਲੱਸ PV30 ਨੰਬਰ ਹੈ ਜੀ ਇਹਦਾ। ਠੀਕ ਹੈ ਜੀ। 2010 ਮਾਡਲ ਹੈ ਜੀ। 4,60,000 ਰੁਪਈਆ ਡਿਮਾਂਡ ਹੈ ਟਰੈਕਟਰ ਦੀ ਜੀ ਇਹਦੀ। ਆਹ ਦੇਖੋ ਤੁਸੀਂ ਟਰੈਕਟਰ, ਇਹ ਵੀ ਸਾਫ਼ ਹੈ ਜੀ। ਆਹ ਟਾਇਰ ਦੇਖ ਲਓ ਜੀ, ਮਗਰਲੇ ਪਾਸੋਂ ਦੇਖ ਲਓ ਜੀ। ਤੁਹਾਨੂੰ ਇੱਕ ਜੌਂਡੀਅਰ ਦਿਖਾਉਣੇ ਹੈ ਜੀ। ਇਹ ਜੌਂਡੀਅਰ ਹੈ ਜੀ 5310, 8 ਮਾਡਲ ਹੈ ਜੀ। 4,30,000 ਰੁਪਈਆ ਡਿਮਾਂਡ ਹੈ ਟਰੈਕਟਰ ਦੀ ਜੀ। ਟਰੈਕਟਰ ਸੋਹਣਾ ਜੀ ਦੇਖਣ 'ਚ। ਬਾਕੀ ਤੁਹਾਡਾ ਨੰਬਰ ਦੱਸ ਦਿਓ ਜੀ। ਨੰਬਰ ਹੈਗਾ ਜੀ 9465800091। ਇੱਥੇ ਤੁਹਾਡਾ ਵਟਸਐਪ ਵੀ ਚੱਲਦਾ ਜੀ? ਵਟਸਐਪ ਵੀ ਇਸੇ ਨੰਬਰ 'ਤੇ ਹੁੰਦਾ। ਠੀਕ ਹੈ ਜੀ। ਵੀ ਮੰਨ ਲਓ ਕਿਸੇ ਨੇ ਫੋਟੋਆਂ ਮੰਗਾਉਣੀਆਂ ਹੋਣ ਜਾਂ ਇਸੇ ਨੰਬਰ 'ਤੇ ਮੈਸੇਜ ਕਰਦੇ। ਅਤੇ ਪਲੀਜ਼ ਜੀ ਇਹ ਕਹਿੰਦੇ ਰਾਤ ਨੂੰ 11-12 ਵਜੇ ਸਾਨੂੰ ਕਾਲ ਨਾ ਕਰਿਓ ਜੀ। ਇਹ ਬਹੁਤ ਵੱਡੀ, ਹੁਣ ਕਈ ਬਾਈ ਕਮੈਂਟ ਕਰਦੇ ਆ ਕਿ ਬਾਈ ਤੂੰ ਕਾਲ ਵੀ ਜਦੋਂ ਨਹੀਂ ਕਰਨੀ। ਬਾਈ ਜੀ ਤੁਸੀਂ ਸਮਝੋ ਵੀ ਨਾ, ਸਾਰੇ ਬੰਦੇ ਤੁਹਾਡੇ ਵਾਂਗੂ ਨਹੀਂ ਸੋਚਦੇ ਗੇ। ਕਈ ਨਾ ਜੀ ਕੀ ਕਰਦੇ ਆ, ਰਾਤ ਨੂੰ 2 ਵਜੇ ਕਾਲ ਕਰਦੇ ਆ ਜੀ। ਹੁਣ ਤੁਸੀਂ ਦੱਸੋ ਵੀ ਇਹ ਹੈ ਜੀ ਸੋਨਾ ਲੀਕਾ 2017 ਮਾਡਲ ਹੈ ਜੀ। 5,45,000 5,50,000 ਜੀ। 5.5 ਲੱਖ ਡਿਮਾਂਡ ਹੈ ਜੀ ਇਹਦੀ। 750 ਬਹੁਤ, ਇਹ ਤਾਂ ਨਵਾਂ ਹੀ ਟਰੈਕਟਰ ਹੈ ਜੀ। ਬਿਲਕੁਲ ਬਹੁਤ ਥੋੜ੍ਹਾ ਚੱਲਿਆ ਹੋਇਆ ਟਰੈਕਟਰ ਹੈ ਜੀ ਇਹ। ਦੇਖੋ ਜੀ
ਇਹ 855 ਜੀ। ਹਾਂਜੀ 855। ਕਿਹੜਾ ਮਾਡਲ ਹੈ ਜੀ ਇਹ? 97 ਮਾਡਲ ਹੈ ਜੀ। 97 ਮਾਡਲ ਹੈ ਤੇ ਕੀ ਰੇਟ ਰੂਟ ਹੈ ਜੀ ਇਹਦਾ? ਇਹਦਾ 240 ਡਿਮਾਂਡ ਹੈ। 240 ਡਿਮਾਂਡ ਹੈ ਜੀ। 97 ਮਾਡਲ 855 ਮਗਰ ਆੜੇ ਦੇ ਲੱਗੇ ਹੋਏ ਆ ਜੀ ਸਿੱਧਾ ਜਿਹਾ। ਅਤੇ 611 ਜੀ ਪਾਵਰ ਸਟੇਅਰਿੰਗ, ਪਾਵਰ ਸਟੇਅਰਿੰਗ ਕੀਤਾ ਹੋਇਆ ਜੀ। 911 94 ਮਾਡਲ ਟਰੈਕਟਰ ਹੈ ਜੀ ਇਹ। 190,000 ਰੁਪਇਆ ਦੀ ਡਿਮਾਂਡ ਹੈ ਜੀ। ਪਾਵਰ ਸਟੇਅਰਿੰਗ ਟਰੈਕਟਰ ਹੈ ਜੀ ਇਹ। ਅਤੇ ਇਹ ਕਾ ਖੜਾ ਜੀ 60, ਇਹ ਵੀ ਦੇਖ ਲਓ ਜੀ। 98 ਮਾਡਲ ਹੈ ਜੀ। ਇਹ 98 ਮਾਡਲ ਹੈ ਜੀ। 2 ਲੱਖ ਰੁਪਇਆ ਡਿਮਾਂਡ ਹੈ ਜੀ। 2 ਲੱਖ ਰੁਪਇਆ ਡਿਮਾਂਡ ਹੈ ਜੀ ਇਹਦੀ। ਰਾਜਸਥਾਨ ਦਾ ਨੰਬਰ ਹੈ ਜੀ ਇਹਦਾ। ਅਤੇ ਇਹ ਸਾਰੇ ਟਰੈਕਟਰ ਹੈ ਜੀ, ਆਹ ਦੇਖ ਲਓ ਤੁਸੀਂ। ਬਾਕੀ ਨੰਬਰ ਇੱਕ ਵਾਰੀ ਹੋਰ ਦੱਸ ਦਿਓ ਜੀ। ਨੰਬਰ ਹੈਗਾ ਜੀ 9465800091। ਆਹ ਨੰਬਰ ਹੈ ਜੀ, ਤੁਸੀਂ ਨੋਟ ਕਰ ਲਿਓ। ਬਾਕੀ ਮੈਂ ਥੱਲੇ ਵੀ ਦੇ ਦੂੰਗਾ ਨੰਬਰ ਇਹਨਾਂ ਦਾ, ਠੀਕ ਹੈ ਜੀ। ਮਲੋਟ ਇਹਨਾਂ ਦੀ ਸ਼ੋਪ ਹੈਗੀ ਹੈ ਜੀ। ਕੀ ਨਾਮ ਤੋਂ ਹੈ ਜੀ? ਗੁਰੂ ਨਾਨਕ ਟਰੈਕਟਰ ਤੋਂ। ਟਰੈਕਟਰਸ ਜਿਹੜੀ ਕਿ ਮਲੋਟ ਤੋਂ ਬਠਿੰਡਾ ਰੋਡ ਹੈ ਜਿਹੜੀ, ਉਸ 'ਤੇ ਹੈਗੀ ਹੈ ਜੀ। ਅਤੇ ਵੀ ਤੁਸੀਂ ਇਹਨਾਂ ਨੂੰ ਆ ਕੇ ਇੱਥੇ ਇਹਨਾਂ ਨਾਲ ਡੀਲ ਕਰ ਸਕਦੇ ਹੋ। ਆਹ ਸਾਰੇ ਟਰੈਕਟਰ ਖੜ੍ਹੇ ਆ ਜੀ। ਬਾਕੀ ਜੀ ਹੋਰ ਕੋਈ ਐਂ ਨਹੀਂ ਹੁੰਦਾ ਵੀ ਕਾਲ ਨਾ ਕਰੋ, ਵੀ ਕਾਲ ਜ਼ਰੂਰ ਕਰਨੀ ਚਾਹੀਦੀ ਹੈ, ਇਹਦੇ ਵਿੱਚ ਕੋਈ ਉਹ ਨਹੀਂ ਗਾ। ਪਰ ਜੀ ਆਪਾਂ ਨੂੰ ਆਪ ਨੂੰ ਸੋਚਣਾ ਚਾਹੀਦਾ ਵੀ ਰਾਤ ਨੂੰ 2-2 ਵਜੇ ਫੋਨ ਕਰਦੇ ਆ ਜੀ। ਹੁਣ ਤੁਸੀਂ ਆਪ ਹੀ ਮੈਨੂੰ ਦੱਸੋ ਜੀ ਵੀ 2 ਵਜੇ ਹੁਣ ਮੈਂ ਕਿਸੇ ਨੂੰ ਕਾਲ ਕਰਾਂ ਤਾਂ ਪਰੇਸ਼ਾਨ ਵਾਲੀ ਗੱਲ ਹੀ ਹੈ ਨਾ ਜੀ। ਵੀ ਦਿਨੇ ਅਗਲੇ ਨੂੰ 10 ਤੋਂ 9 ਤੋਂ ਲੈ ਕੇ ਸ਼ਾਮ ਨੂੰ 6 ਵਜੇ ਤੱਕ ਵੀ ਕਰ ਲਓ ਫੋਨ, ਕੋਈ ਪ੍ਰੋਬਲਮ ਨਹੀਂ ਹੁੰਦੀ ਜੀ ਕਿਸੇ ਨੂੰ। ਆਹ ਸਾਰੇ ਟਰੈਕਟਰ ਆ ਜੀ ਦੇਖ ਲਓ, ਠੀਕ ਹੈ ਜੀ। ਵੀਡੀਓ ਕਿਵੇਂ ਲੱਗੀ ਦੱਸਿਓ ਜ਼ਰੂਰ, ਹੋਰ ਵੀ ਇਹੋ ਜਿਹੀਆਂ ਵੀਡੀਓ ਲੈ ਕੇ ਆਵਾਂਗੇ ਆਪਾਂ ਤਾਂ ਜੀ ਤੁਹਾਡੀ ਸੇਵਾ 'ਚ ਹੀ ਹੈ। ਆਹ ਤੁਹਾਨੂੂੰ ਦਿਖਾਤੇ ਆ ਟਰੈਕਟਰ ਵੀ, ਕਈ ਵਾਰੀ ਹੁਣ ਮੇਰੇ ਜ਼ਰੀਏ ਕੋਈ ਟਰੈਕਟਰ ਕਿਸੇ ਦਾ ਕਿਸੇ ਨੇ ਲੈ ਲਿਆ ਜਾਂ ਕਿਸੇ ਨੂੰ ਵਧੀਆ ਟਰੈਕਟਰ ਮਿਲ ਜਾਏ ਜੀ, ਹੋਰ ਆਪਾਂ ਨੂੰ ਕੀ ਚਾਹੀਦਾ ਹੈਗਾ, ਠੀਕ ਹੈ ਜੀ। ਫੇਸਬੁੱਕ 'ਤੇ ਪੇਜ ਵੀ ਹੈਗਾ ਜੀ ਇਹਨਾਂ ਦਾ, ਗੁਰੂ ਨਾਨਕ ਟਰੈਕਟਰ ਦੇ ਨਾਮ ਤੋਂ, ਤੁਸੀਂ ਉੱਥੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਜੀ। ਠੀਕ ਹੈ ਜੀ, ਥੈਂਕ ਯੂ।